ਬਲਤਕਾਰ ਮਾਮਲੇ ਕਾਰਨ ਚਰਚਾ ਵਿੱਚ ਆਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਬਲਤਕਾਰ ਮਾਮਲੇ ਵਿੱਚ ਮਾਫੀ ਦੀ ਗੁਹਾਰ ਲਗਾਈ, ਜਿਸ ਤੇ ਕਾਰਵਾਈ ਕਰਦੇ ਹੋਏ ਪੰਜ ਪਿਆਰਿਆਂ ਨੇ ਸੁੱਚਾ ਸਿੰਘ ਲੰਗਾਹ ਨੂੰ 21 ਦਿਨ 1 ਘੰਟੇ ਦੀ ਝਾੜੂ ਦੀ ਸੇਵਾ ਦੀ ਸਜ਼ਾ ਸੁਣਾਈ ਅਤੇ ਲੰਗਾਹ ਦਾ ਦੁਬਾਰਾ ਅੰਮ੍ਰਿਤਪਾਨ ਕਰਵਾ ਦਿੱਤਾ। ਉੱਥੇ ਹੀ ਇਸ ਘਟਨਾ ਤੇ ਆਪਣਾ ਬਚਾਅ ਕਰਦੇ ਹੋਏ ਗੁਰਦਾਸਪੁਰ ਦੇ ਅਕਾਲੀ ਦਲ ਦੇ ਜ਼ਿਲ੍ਹਾ ਮੁਖੀ ਗੁਰਬਚਨ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਸੁੱਚਾ ਸਿੰਘ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਆਰੋਪ ਲਗਾਉਂਦੇ ਹੋਏ ਇੱਥੋਂ ਤੱਕ ਕਿਹਾ ਕਿ ਜੋ ਨਿਹੰਗ ਸਿੰਘਾਂ ਨੇ ਸੁੱਚਾ ਸਿੰਘ ਨੂੰ ਸਜ਼ਾ ਸੁਣਾਈ ਹੈ ਉਹ ਕਾਂਗਰਸੀ ਹਨ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਹ ਸਭ ਕੁਝ ਕਰ ਰਹੇ ਹਨ। ਇਹ ਸਾਡੀ ਤਿਆਰੀ ਸੀ ਅੰਮ੍ਰਿਤ ਛਕਾਉਣ ਦੀ ਤੇ ਸੁੱਚਾ ਸਿੰਘ ਆ ਵੀ ਆ ਕੇ ਮੈਨੂੰ ਅੰਮ੍ਰਿਤ ਛਕਾ ਦਿਓ ਐਸਾ ਕਿ ਤੁਸੀਂ ਛਕ ਲਓ ਜੈਸੇ ਬਾਲ ਭਾਈ ਸਪਾਈ ਲੱਖ ਅਪਰਾਧ ਕਮਾਵਾ ਕਾਰ ਉਹਦੇ ਚਿੜੇ ਕੇ ਬਾਤੀ ਬੁੜ ਦਿੱਤਾ ਕਰ ਲਾਵਾ ਪਿਛਲੇ ਹੁਕਮ ਬਖਸ਼ ਲਏ ਪ੍ਰਭਾ ਕੇ ਮਾਰਗ ਪਾਵੇ ਭੁੱਲਣ ਸਭ ਕੋ ਬੋਲੂ ਰੂ ਕਰਦਾਰ ਪਰਮੇਸ਼ਰ ਨਹੀਂ ਭੁੱਲਦਾ ਪਰ ਸਾਰੇ ਭੁੱਲਾਂ ਵਿੱਚੋਂ ਇੰਦਰ ਦੇਵਤੇ ਵਰਗੇ ਭੁੱਲ ਗਏ ਅਤੇ ਗੁਰੂ ਸਾਹਿਬ ਨੇ ਖਾਲਸਾ ਨੂੰ ਬਖਸ਼ਿਸ਼ ਕੀਤੀ ਹੈ ਕਿਵਾਂ ਕਰਨ ਦੀ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਅਨੰਦਪੁਰ ਸਾਹਿਬ 16 ਵਿਸਾਖੀ ਦੇ ਅਤੇ ਸਾਡੇ ਵਰਗੇ ਸਾਰੇ ਭਾਗੀ ਰੁਪਈਆਂ ਦੇ ਸਿਰ ਧਾਤ ਜੁਦਾ ਕੀਤੇ ਆ ਪਾ ਕੇ ਪਿਛਲੇ ਗਾਹ ਮਾਫ਼ ਕਰ ਦਿੰਦਾ ਅੱਗੇ ਤੋਂ ਸਮਰਥ ਬਖਸ਼ਦੇ ਨੇ ਤਾਂ ਗੁਰੂ ਸਾਹਿਬ ਕਿਰਪਾ ਕਰਨ ਜਿੰਨੀਆਂ ਵੀ ਪੁਰਾਣੀਆਂ ਸਿੱਖ ਸਿੱਖਣੀਆਂ ਨੇ ਅੰਮ੍ਰਿਤ ਛਕਿਆ ਸਾਰਿਆਂ 'ਚ ਕਿਰਪਾ ਕੇ ਤਿਆਰ ਪਰ ਤਿਆਰ ਰੱਖਣ ਆਪਣੇ ਚਰਨਾਂ ਦੀ ਪ੍ਰੀਤੀ ਬਾਣੀ ਬਣ ਦਾ ਪਿਆਰ ਸੁੱਖ ਹੋਵੇ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ 'ਚ ਸੁੱਚਾ ਸਿੰਘ ਲਗਾ ਜਿਹੜਾ ਵਾ ਮਾਫ਼ੀ ਮੰਗਦਾ ਵੀ ਨਜ਼ਰ ਆ ਰਿਹਾ ਵਾ ਕਿਆ ਜਿਹੜਾ ਪੰਜ ਪਿਆਰੇ ਆ ਉਹ ਮਾਫ਼ੀ ਮੰਗੀ ਨਹੀਂ ਉਹ ਵੇਖੋ ਉਹਦਾ ਆਪਣਾ ਮੈਟਰ ਆ ਉਹਦਾ ਸਾਡੇ ਨਾਲ ਕੋਈ ਤਿਲਕ ਨਹੀਂ ਉਹਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਤਿਲਕ ਨਹੀਂ ਜਿਹੜੀ ਉਹ ਗੱਲ ਕਰ ਰਹੇ ਨੇ ਜਿਹੜੀ ਤੂੰ ਪੁੱਛੀ ਆ ਮੈਨੂੰ ਤਰਸੇਮ ਸਿੰਘ ਵੱਲੋਂ ਨਿਹੰਗ ਵੱਲੋਂ ਉਹ ਕਾਂਗਰਸੀ ਬੰਦਾ ਆ ਸਾਡੇ ਹਲਕੇ ਦਾ ਸਾਡੇ ਖਿਲਾਫ਼ ਉਹਨੂੰ ਉੱਥੇ ਉਹ ਸਰਪੰਚ ਆ ਉਹਦਾ ਪੋਤਰਾ ਤਰਸੇਮ ਸਿੰਘ ਨੇ ਇਹ ਕਾਂਗਰਸੀ ਚਾਲ ਆ ਵੀ ਇੱਦਾਂ ਦੇ ਕੰਮ ਕਰਕੇ ਅਤੇ ਸਾਡੀ ਜਿਹੜੀ ਪਾਰਟੀ ਨੂੰ ਬਦਨਾਮ ਕਰਨ ਸਾਡਾ ਇੰਨਾ ਕੋਈ ਤਿਲਕ ਨਹੀਂ ਇਸ ਗੱਲ ਦੇ ਨਾਲ ਅਕਾਲੀ ਦਲ ਦਾ ਕੋਈ ਤਿਲਕ ਨਹੀਂ ਅਕਾਲ ਤਖ਼ਤ ਦਾ ਮੈਟਰ ਹੈ ਅਕਾਲ ਤਖ਼ਤ ਜਥੇਦਾਰ ਕਰਨ ਕੋਈ ਗੱਲ ਨਾ ਕਰਨ ਸਾਨੂੰ ਨਹੀਂ ਇੰਨਾ ਕੋਈ। ਪ੍ਰਾਈਮ ਮੁੱਦੇ ਲਈ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।